ਜੀ ਮੈਂ ਦਾਦੇ ਵਾਪਸ ਚਲੇ ਮਾਰਕੀਟ ਤੇ ਸਿਲੰਡਰ ਮੈਂ ਕਿਹਾ ਬੱਚੇ ਫਿਰ ਤੰਗ ਕਰਦੇ ਆ ਤੇ ਸਿਲੰਡਰ ਸਾਫ ਕੀਤਾ ਲੈ ਆਓ ਚੁੱਕ ਲਓ ਮਾਸ਼ਾਅੱਲਾ ਅੱਗੇ ਦਾਦੀ ਸੀ ਸਿਲੰਡਰ ਚੁੱਕਿਆ ਦਾਦੀ ਜਿੱਡਾ ਤਾਂ ਛੋਟਾ ਹੀ ਆ ਉਹ ਤਾਂ ਲੈ ਆਓ ਤੇਰੇ ਤੋਂ ਤਾਂ ਛੋਟਾ ਹੀ ਆ ਖੋਕਲਾ ਉਹ ਦੁੱਧ ਕਰਨੀ ਕਿੰਨਾ ਚੁੱਕ ਲਓ ਆ ਜਾਓ ਤੇ ਮਾਸ਼ਾਅੱਲਾ ਮੌਸਮ ਬਹੁਤ ਖਰਾਬ ਹੋਇਆ ਵਾ ਦਾਨਸ਼ੀ ਮਦਾਨਸ਼ੀ ਚੁੱਕ ਲਓ ਕਮਾਈ ਜਾ ਰਿਆ ਨੂੰ ਉਹ ਦਾਨਸ਼ ਆ ਜਾਓ ਆ ਜਾਓ ਅਗੇ ਮਾਸ਼ਾਅੱਲਾ ਚੁੱਕਿਆ ਸੀਗਾ ਫਿਰ ਨੀਚੇ ਰੱਖ ਦਿੱਤਾ ਇਹਨੂੰ ਹੱਥ ਪਕੜਾ ਹੋਏ ਕਿ ਚੁੱਕਦਾ ਕਿਉਂਕਿ ਖਾਲੀ ਹੈ ਵਜ਼ਨੀ ਨਹੀਂ ਹੈਗਾ ਬਿਲਕੁਲ ਹੋਲਾ ਵਾ ਛੋੜ ਦੋ ਵੇਖੀ ਚੁੱਕਦਾ ਮਾਸ਼ਾਅੱਲਾ ਫਿਰ ਥੱਲੇ ਛੱਡਦਾ ਦਾਨੀ ਇਸ਼ਨਾ ਕਰੋ ਬੁੱਤ ਜਾਣਾ ਪਾਪਾ ਨਾ ਪਾਪਾ ਚੱਲੀ ਹੈ ਚੀਜ਼ ਲੈ ਕੇ ਆਈ ਆ ਪਾਪਾ ਨੇ ਚੱਲ ਆਇਆ ਦੇਖੋ ਇੱਧਰ ਅੱਛਾ ਜੀ ਸਿਲੰਡਰ ਮੈਂ ਦੇ ਦਿੱਤਾ ਕਿ ਹੁਣ ਅਸੀਂ ਨੇ ਬੰਨ ਕੇ ਲੈ ਜਾਂਦੇ ਹਾਂ ਬਿਲਕੁਲ ਛੋਟਾ ਹੈ ਕਿਉਂਕਿ ਬੱਚਿਆਂ ਵਾਸਤੇ ਮੁਹੰਮਦਾਂ ਦੇ ਪਾਪਾ ਲੈ ਦਿੱਤਾ ਕਿਸ ਤਰ੍ਹਾਂ ਫਿਰ ਅੱਗ ਨਹੀਂ ਜਲਦੀ ਹੈਗੀ ਫਿਰ ਬੱਚੇ ਭੁੱਖ ਤੇ ਤੰਗ ਕਰਦੇ ਆ ਇਸ ਵਾਸਤੇ ਹੁਣ ਮੈਂ ਕਿਹਾ ਸੀ ਤੁਸੀਂ ਚੱਲੇ ਆ ਮਾਰਕੀਟ ਤੇ ਹੁੰਦੇ ਲੈ ਨਾ ਗੈਸ ਭਰਾਈ ਲਿਆਈਏ ਤਕਰੀਬਨ 2 ਕਿਲੋ ਦਾ ਹੈਗਾ ਨਾ ਕਿਲੋ ਕਿਹਦਾ ਵਾ ਹਾਂਜੀ ਦਾਨਿਸ਼ ਹੁਣ ਨਾਲ ਤਿਆਰ ਹੋਇਆ ਜਾਣ ਨੂੰ ਮੈਂ ਵੀ ਨਾਲ ਜਾਣਾ ਦਾਨਿਸ਼ ਤੂੰ ਰਹਿਣ ਦੇ ਸੋਨੇ ਠੀਕ ਹੈ ਮੌਸਮ ਬਹੁਤ ਕਣੀਆਂ ਪਈ ਜਾ ਰਹੀਆਂ ਤੇ ਦੇਖ ਸਕਦੇ ਕਿ ਤਕਰੀਬਨ 2-3 ਦਿਨ ਹੋ ਗਏ ਅੱਲਾਹ ਤਾਲਾ ਦੀ ਰਹਿਮਤ ਹੁੰਦੀ ਹੈ ਰਮਜ਼ਾਨ ਦੇ ਰੋਜ਼ੇ ਠੰਡੇ ਹੋ ਰਹੇ ਆ ਬਹੁਤ ਮੌਸਮ ਖਰਾਬ ਆ ਹਾਂਜੀ ਰਮਜ਼ਾਨ ਮਾਸ਼ਾਅੱਲਾ ਠੰਡੇ ਹੋ ਰਹੇ ਰੋਜ਼ੇ ਅੱਲਾਹ ਤਾਲਾ ਰੋਜ਼ੇ ਰੱਖਣੇ ਕਬੂਲ ਕਰੇ ਰੋਜ਼ੇ ਤੇ ਹੈ ਲੇਕਿਨ ਉਸ ਚੀਜ਼ ਤੋਂ ਫਿਰ ਅੱਲਾਹ ਪਾਕ ਦੀ ਰਜ਼ਾਈ ਹੋਈ ਅੱਲਾਹ ਪਾਕ ਇੱਧਰ ਜਾਣਦਾ ਵਾ ਠੀਕ ਹੈ ਕਿ ਗੰਦਮ ਵਾਸਤੇ ਨੁਕਸਾਨ ਆ ਜਾਂ ਫਾਇਦਾ ਅੱਲਾਹ ਪਾਕ ਹਾਂਜੀ ਇਹ ਬਹੁਤ ਨੁਕਸਾਨ ਹੈ ਅੱਲਾਹ ਉਹਦੀ ਰਜ਼ਾ ਉਹੀ ਜਾਣਦਾ ਹਾਂਜੀ ਅਸੀਂ ਆਪਣੇ ਵਹਿਮ ਗੁਮਾਨ ਚ ਕੁਝ ਨਹੀਂ ਕਹਿ ਸਕਦੇ ਬੇਸ਼ੱਕ ਕਿਉਂਕਿ ਗੈਬ ਦਾ ਇਲਮ ਅੱਲਾਹ ਜਾਣਦਾ ਚੱਲ ਤੇ ਚਲੋ ਜੀ ਬਿਸਮਿਲਲਾ ਜਾਣਾ ਨਾਲ ਆਪਾਂ ਨੇ ਜਾਣਾ ਅਰੇ ਜਾਣਾ ਮਾੜਾ ਝੂਟਾ ਦੇ ਦੋ ਕਿਉਂਕਿ ਜਿਹੜਾ ਗੱਡੀ ਬਾਹਰ ਨਿਕਾਲੇ ਨਾ ਪਤਾ ਲੱਗ ਜਾਂਦਾ ਮੈਨੂੰ ਗੱਡੀ ਲੈ ਚੱਲੇ ਨੇ ਝੂਟਾ ਲੈ 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 ਪਾਪਾ ਦੇ ਪਾਸ ਚਲੋ ਅੱਗੋਂ ਪਕੜ ਲਓ ਦਰਵਾਜ਼ਾ ਇਸ ਤਰ੍ਹਾਂ ਹੀ ਲਾ ਜਾ ਬਾਹਰ ਤੇ ਮੈਂ ਬਾਹਰ ਕਿਉਂਕਿ ਨਾਲ ਤਾਂ ਨਹੀਂ ਤੁਸੀਂ ਜਾ ਸਕਦੇ ਸਰਦੀ ਹਾਂਜੀ ਤੇ ਮਹਿਮਾਨ ਵੀ ਆਏ ਮਹਿਮਾਨਾਂ ਨੂੰ ਸਭ ਤੋਂ ਪਹਿਲਾਂ ਚਾਹ ਬਣਾ ਦੇ ਚਾਹ ਬਣਾ ਦੋ ਨਾ ਮੈਂ ਹੁਣੇ ਬਣਾ ਦੇ ਦੋ ਬਾਟ ਲੈ ਕੇ ਆ ਰਿਹਾ ਹਾਂਜੀ ਮਹਿਮਾਨਾਂ ਦੀ ਗਾੜੀ ਸਾਹਮਣੇ ਖੜੀ ਹੈ ਤੇ ਮਹਿਮਾਨਾਂ ਦੀ ਗਾੜੀ ਸਾਹਮਣੇ ਖੜੀ ਹੈ ਮਾਸ਼ਾਅੱਲਾ ਦੇਖੋ ਕਿੰਨੇ ਪਿਆਰੇ ਫੁੱਲ ਜਿਹੇ ਮੈਂ ਆਪਣੇ ਦਾ ਮੈਨੂੰ ਦਿਖਾਈ ਸੀ ਬਿਲਕੁਲ ਇੱਕ ਫੁੱਲ ਸੀਗਾ ਮਾਸ਼ਾਅੱਲਾ ਕਾਫੀ ਫੁੱਲ ਨਿਕਲ ਰਿਹਾ ਬਹੁਤ ਪਿਆਰੇ ਪੀਲੇ ਉਸ ਵਾਈਟ ਕਲਰ ਚਿੱਟੇ ਆਹ ਹੈ ਜਵੈਨ ਮਾਸ਼ਾਅੱਲਾ ਬਹੁਤ ਪਿਆਰੇ ਲੱਗ ਰਹੇ ਕਿ ਮੰਮੀ ਦਾ ਪਾਪਾ ਆ ਗਿਆ ਬਾਰਿਸ਼ ਬਹੁਤ ਹੋ ਰਹੀ ਆ ਓ ਨਾਇਆ ਬੀਟੀ ਕੀ ਕਰ ਰਹਾ ਇਹਨੂੰ ਮੈਂ ਮੇਰੇ ਬੱਚੇ ਬੜੇ ਬਹਿਣ ਵੀ ਬਹੁਤ ਜ਼ਿਆਦਾ ਤੰਗ ਹੁੰਦੇ ਸੀਗੇ ਦੁੱਧ ਕਰਕੇ ਇਹਨਾਂ ਨੂੰ ਅੱਗ ਤੇ ਅੱਗ ਜਲਾ ਕੇ ਦੁੱਧ ਗਰਮ ਕਰ ਦੇਣਾ ਬਹੁਤ ਦੇਰ ਲੱਗਦੀ ਸੀ ਦੋਵੇਂ ਦੁੱਧ ਫਿਲ ਪੀਂਦੇ ਆ ਤੇ ਇਹਨਾਂ ਨੇ ਪੂਰਾ ਕਾਰ ਸਿਰ ਚੱਕਿਆ ਹੁੰਦਾ ਮੈਂ ਤਾਂ ਬਾਰਿਸ਼ ਵੀ ਸ਼ੁਰੂ ਹੋ ਗਈ ਸਾਡਾ ਭਾਗ ਲੈ ਕੇ ਆਇਆ ਹਾਂ ਬਾਰਿਸ਼ ਐ ਲੋ ਨਾਲੇ ਐ ਤੁਹਾਡੇ ਵਾਸਤੇ ਦੋ ਗਿਫਟ ਲੈ ਕੇ ਆਇਆ ਹੋਰ ਠੀਕ ਹੋ ਗਿਆ ਚਲੋ ਜਾ ਇੱਕ ਦੀ ਸਪਾਇਆ ਹੋ ਗਿਆ ਸਾਹ ਕੋਈ ਨਹੀਂ ਅੱਲਾ ਦੇ ਨਾ ਫਾਤਮਾ ਇੱਧਰ ਅੱਛਾ ਜੀ ਗੁੜ ਮੈਂ ਲਿਆਈ ਹਾਂ ਤਕਰੀਬਨ 3 ਪੀਸੀਆਂ ਪਾਉਂਗੀ ਜ਼ਿਆਦਾ ਨਹੀਂ ਪਾਉਂਗੀ ਅੱਜ ਮੈਂ ਬਣਾਉਣ ਲੱਗੀ ਹਾਂ ਗੁੜ ਵਾਲੀ ਸੂਜੀ ਨਾਲ ਸੋਗੀ ਸੁੱਕੀ ਮੁਹੰਮਦਾਂ ਦਾ ਪਤਾ ਲੈ ਕੇ ਆਏ ਦੁਕਾਨ ਤੋਂ ਮੈਂ ਤਾਂ ਠੰਡਾ ਮੌਸਮ ਬਣਾ ਲਿਆ ਦੀਆਂ ਸੀ ਮੇਰਾ ਦੱਦ ਇਹਨਾਂ ਅਤੇ ਸੂਜੀ ਲੈ ਕੇ ਆਇਆ ਮੈਂ ਗੁੜ ਵਾਲੀ ਸੂਜੀ ਬਣਾਉਣ ਲੱਗੀ ਅਤੇ ਮੈਂ ਰੱਖ ਲਿਆ ਪਤੀਲੀ 'ਚ ਪਾ ਲਿਆ ਚਾਸ਼ਨ ਬਣਾਉਂਗੀ ਬਣਾ ਕੇ ਫਿਰ ਪੂਰਾ ਪਨੀਰ ਤਿਆਰ ਕਰਦੀ ਹਾਂ ਆਪਣੇ ਬੈਂਡੀਆਂ ਨਾਲ ਸ਼ੁਰੂ ਕਰ ਬੱਚੇ ਮੈਨੂੰ ਤੰਗ ਕਰਨ ਦੇ ਕੋਲ ਬਹਿ ਕੇ ਹੁਣ ਕਹਿ ਰਹੇ ਮੈਂ ਗੁੜ ਵਜੋਂ ਹਾਂਜੀ ਗੁੜ ਲੈਣਾ ਅੱਛਾ ਜੀ ਗੁੜ ਮੈਂ ਪਾਣੀ ਵਿੱਚ ਪਾ ਦਿੰਦੀ ਤਿੰਨ ਪੇਸੀਆਂ ਵਿੱਚ ਪਾ ਦਿੱਤੀਆਂ ਅਗਰ ਕੰਮ ਹੋਇਆ ਤਾਂ ਫਿਰ ਮਿਕਸ ਕਰ ਲਾਂਗੇ ਇੱਕ ਦਿਨ ਟੱਕਣ ਅੱਗ ਤੇਜ਼ ਅੱਛਾ ਜੀ ਮਾਸ਼ਾਅੱਲਾ ਚਾਸ਼ਨੀ ਜਿਹੜੀ ਬਣ ਗਈ ਤਿਆਰ ਹੋ ਗਈ ਹੁਣ ਮੈਂ
जग लिया कोल जग दे विच मैं कुक रखती हूँ क्योंकि विच कोई डक्का वगैरह ना हो इस वास्ते मेरा कपड़े अच्छा जी चासनी मैं जग बच्च पा ली सी थोड़ी सूजी जी मैं मिक्स कर दिनी असर जी हजार भी हो जा रही है सूजी मैं बना के नमाज पढ़ूंगी दिन मैं करूंगी गोल्डन ब्राउन जिते का सूजी खुशबू ना आई बनाई करी जाऊंगी तो इन्हें खिलाई जाऊंगी नीचे जलना जल चाशनी जी मैं पौंकर आई सी फिर मिक्स कर दूँ जल्दी जल्दी खाना तैयार कर लेंगी हाँ जी मैं भी बना लूंगी मैं जल्दी जल्दी मैं सूजी बना लूंगी सूजी ब्राउन हो चुकी है बिच मिक्स कर दी पानी इसमें मिक्स कर दिता अच्छा जी पानी इसमें मिक्स कर दिता सूजी टूटी गई मैं कट दी अच्छा जी मशाला सूजी जी मैं बना ली है नीचे तार ली गोड़ा ली तो सूजी टूटी तो मैं कट के वॉश करके ले आई हाँ तो सब तो पहले प्लेट बिच खाने मम्मा दंद पापा दें खत्म दिता खत्म तो बाद फिर सब नू दूंगी कट के मैं वॉश कर लिया सी तरह उपर पा दूंगी मछला हलवा मेरा पक के तैयार हो चुके अच्छा जी अच्छा समोसे जड़े तैयार कर रहे थे सॉरी मैं पहले नहीं पा सकी क्योंकि मेरे तो वीडियो नहीं ठीक है जी मेरा ब्लॉग बनाने दे नहीं करन दिया गया इस वास्ते पूरे मुकम्मल तैयार हो जा रहे मसाला भी पा रहे समोसियाँ वे वे नहीं है क्योंकि अफतारी कल ही सी अफतारी करके नाया फातिमा की चाची समोसे बना रही है आई हुई है हम वापसी चली घर इरफान भाई बीमार है तो मेरे भैन भाई वास्ते ज़्यादा ज़्यादा दुआ करी और तबीयत भी ठीक हो जाए तो एक पुड़ी नया बस रखी है वह परे तो देखो मशा कुछ निकले पे है अगर मेहरबान खाने हैं तो आ सकते क्योंकि बिल्कुल मट्ठी आँच से अगर ज़्यादा तेज़ आँच करा तो समोसे जड़े बिच मसाला भी कच्चा रह जूगा तो समोसे जड़े जल जाएंगे इस वास्ते बिल्कुल असं मट्ठी आँच से जल्दी जल्दी बना रहे हैं नाया फातिमा भी रो रही है तो जो पूरे मुकम्मल तैयार हो जाए फिर सब नहीं बना